ਸਾਡੇ ਪੰਜਾਬ ਵਿੱਚ ਬਹੁਤ ਲੋਕ ਦੇਖੇ ਜਾਂਦੇ ਨੇ ਜਿਹੜੇ ਕਿ ਕੁੜੀਆਂ ਦੇ ਪਿੱਛੇ ਐਵੇਂ ਕਿਹਾ ਜਾਂਦਾ ਹੈ ਵੀ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਬਹੁਤ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ, ਲੇਕਿਨ ਅੱਜ ਉਸੇ ਚੀਜ਼ ਨੂੰ ਲੈ ਕੇ ਮਲੋਟ ਪਿੰਡ ਤੋਂ ਇੱਕ ਕੁੜੀ ਉੱਠ ਕੇ ਕਮਲਪ੍ਰੀਤ ਕੌਰ ਜੋ ਕਿ 올림픽ਸ ਖੇਡ ਕੇ ਆ ਰਹੀ ਹੈ ਤੇ 6th ਨੰਬਰ ਰੈਂਕ ਤੇ ਆ ਰਹੀ ਹੈ ਉਹ ਸਾਡੇ ਨਾਲ ਮੌਜੂਦ ਨੇ ਤੇ ਆਓ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ। ਮੈਡਮ, ਤੁਸੀਂ 올림픽 ਖੇਡ ਕੇ ਆ ਰਹੇ ਹੋ, ਤੁਹਾਨੂੰ ਕੀ ਮਹਿਸੂਸ ਹੋ ਰਿਹਾ? ਸਰ, ਮੇਰੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਪੰਜਾਬ 'ਚੋਂ ਆਪਣੇ ਸ਼੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਤੋਂ ਇੰਡੀਆ 'ਚੋਂ 올림픽 'ਚ ਗਈ ਸਰ। ਕੀ ਤੁਹਾਨੂੰ ਅਸੀਂ ਦੇਖਦੇ ਹਾਂ ਵੀ ਜਦੋਂ ਕੁੜੀਆਂ ਦੇ ਨਾਲ ਬਹੁਤ ਸਾਰਾ ਵਿਤਕਰਾ ਵੀ ਕੀਤਾ ਜਾਂਦਾ, ਬਹੁਤ ਇੱਦਾਂ ਲੋਕ ਕਹਿੰਦੇ ਆ ਪਿੰਡ 'ਚੋਂ ਵੀ ਤੁਹਾਨੂੰ ਸੁਣਨੇ 'ਚ ਆਇਆ ਹੋਏਗਾ ਵੀ ਕੁੜੀਆਂ ਨੂੰ ਨਹੀਂ ਜਾਣ ਦੇਣਾ ਬਾਹਰ ਨਹੀਂ, ਕੀ ਇੱਦਾਂ ਦਾ ਹੋਇਆ ਤੁਹਾਡੇ ਨਾਲ ਕੋਈ? ਬਿਲਕੁਲ ਸਰ, ਬਹੁਤ ਜ਼ਿਆਦਾ ਹੁੰਦਾ ਜਿਹੜੇ ਮੈਂ ਪਿੰਡਾਂ 'ਚੋਂ ਉੱਥੇ ਤਾਂ ਮੈਨੂੰ ਲੱਗਦਾ ਕਿ ਨੇੜੇ ਤੇੜੇ ਪਿੰਡ ਹੋਰ ਐਵੇਂ ਕਰਦੇ ਨੇ। ਸਭ ਤੋਂ ਵੱਡੀ ਗੱਲ ਦੱਸਦੀ ਸਰ, ਜਦੋਂ ਮੈਂ ਕਹਿੰਦੀ ਕਿ ਕੁਛ ਘਰਾਂ ਵਿੱਚ ਮੈਂ ਦੱਸਦੀ ਹਾਂ, ਕਿਸੇ ਨਾਮ ਨਹੀਂ ਲੈਂਦੀ ਪਰਟੀਕੁਲਰ, ਜਦੋਂ ਖਾਣਾ ਦਿੰਦੇ ਨਾ ਸਰ, ਮੁੰਡਿਆਂ ਨੂੰ ਐਕਸਟਰਾ ਖਾਣਾ ਦਿੱਤਾ ਜਾਂਦਾ ਹੈ ਅਤੇ ਕੁੜੀਆਂ ਨੂੰ ਉਹਨਾਂ ਵਿੱਚ ਵਿਤਕਰਾ ਕਰਕੇ ਦਿੱਤਾ ਜਾਂਦਾ ਕਿ ਤੂੰ ਜ਼ਿਆਦਾ ਖਾਏਂਗੀ ਮੋਟੀ ਹੋ ਜਾਏਗੀ। ਨਹੀਂ, ਤੁਹਾਡੀ ਸਿਹਤ ਦੇਖ ਕੇ ਤਾਂ ਲੱਗ ਨਹੀਂ ਰਿਹਾ ਸਾਨੂੰ ਇੱਦਾਂ। ਸਰ, ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਮੈਂ ਉਸ ਹਾਲਾਤ 'ਚੋਂ ਨਿਕਲ ਆਈ ਹਾਂ। ਮੈਂ ਹੁਣ ਪ੍ਰੈਕਟਿਸ ਕੀਤੀ, ਹੁਣ ਮੈਨੂੰ ਸਪਲੀਮੈਂਟਸ ਮੇਰੀ ਕਰਦੀ ਤਾਂ ਤੁਹਾਨੂੰ ਲੱਗ ਨਹੀਂ ਰਿਹਾ, ਲੇਕਿਨ ਪਹਿਲਾਂ ਦੇ ਹਾਲਾਤ ਦੀ ਗੱਲ ਕਰਦੀ ਹਾਂ ਸਰ। ਜਦੋਂ ਆਪਾਂ 올림픽ਸ ਤੁਸੀਂ ਉੱਥੇ ਗਏ ਤਾਂ ਤੁਹਾਨੂੰ ਉੱਥੇ ਨਹੀਂ ਲੱਗਿਆ ਵੀ ਤੁਹਾਡੇ ਕੋਚ ਜਿਹੜੇ ਨਹੀਂ ਨਾਲ ਨਹੀਂ ਜਾ ਪਾਏ, ਉਹਦੀ ਕਮੀ ਕੀ ਮਹਿਸੂਸ ਹੋਈ? ਸਰ, ਕਮੀ ਮਹਿਸੂਸ ਹੁੰਦੀ, ਸਾਡਾ 10 ਦਿਨ ਦਾ ਜਿਹੜਾ ਵਰਕਆਊਟ ਦਾ ਗੈਪ ਸੀ, ਸਾਡਾ ਟੈਕਨਿਕ ਦਾ ਗੈਪ ਸੀ, ਜਿਹੜਾ ਕੋਚ ਨੂੰ ਮੈਂਟਲੀ ਹਾਲਤ ਦਾ ਪਤਾ ਹੁੰਦਾ ਕਿ ਸਾਡਾ ਪਲੇਅਰ ਕਿੰਨਾ ਪ੍ਰੈਸ਼ਰ ਲੈ ਰਿਹਾ ਜਾਂ ਕਿੰਨਾ ਉਹਨੂੰ ਰਿਲੀਜ਼ ਕਰਨਾ ਚਾਹੀਦਾ, ਉਹ ਸਾਰਾ ਕੋਚ ਦਾ ਹੋਣਾ ਬਹੁਤ ਜ਼ਰੂਰੀ। ਸਰ, ਜੇ ਕੋਚ ਨਾਲ ਵੀ ਖੜਾ ਹੋਏ ਨਾ ਤਾਂ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲ ਜਾਂਦੀ ਹੈ, ਅਤੇ ਮੈਨੂੰ ਲੱਗਦਾ ਕਿ ਜੇ ਨਾਲ ਹੁੰਦੇ ਤਾਂ ਪੋਜੀਸ਼ਨ ਹੋਰ ਹੋਣੀ ਸੀ ਸਰ। ਨਹੀਂ, ਜਿਹੜਾ 6th ਰੈਂਕ ਆਉਣ ਦਾ ਕਾਰਨ ਤੁਹਾਨੂੰ ਇਹ ਮਹਿਸੂਸ ਹੋ ਰਿਹਾ? ਸਰ, ਹਾਂਜੀ, ਕੁਛ ਬਿਲਕੁਲ ਕਹਿ ਸਕਦੀ, ਕੁਛ ਵੈਦਰ ਕੰਡੀਸ਼ਨ ਸੀ, ਕੁਛ ਕੋਚ ਨਾਲ ਹੁੰਦੇ ਤਾਂ ਬਿਲਕੁਲ ਸਰ ਮੈਨੂੰ ਮਹਿਸੂਸ ਹੋ ਰਿਹਾ ਕਿ। ਜਦੋਂ ਤੁਸੀਂ ਪ੍ਰੈਕਟਿਸ ਕਰਦੇ ਸੀ ਤੁਹਾਡੇ ਘਰਾਂ ਦੇ ਵਿੱਚ ਇੱਦਾਂ ਦਾ ਕੁਛ ਮਾਹੌਲ ਤਾਂ ਨਹੀਂ ਹੋਇਆ ਵੀ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਰੋਕਿਆ ਹੋਵੇ ਵੀ ਤੁਸੀਂ ਨਾ ਕਦੇ ਇੱਦਾਂ ਕਰੋ? ਨਹੀਂ ਸਰ, ਮਾਤਾ ਪਿਤਾ ਨੇ ਨਹੀਂ ਰੋਕਿਆ, ਉਹਨਾਂ ਨੇ ਮੈਨੂੰ ਇਨਕਰੇਜ ਹੀ ਕੀਤਾ ਅਤੇ ਉਹ ਤੁਸੀਂ ਮੈਨੂੰ ਕਹਿੰਦੇ ਸੀ ਕਿ ਬੇਟਾ ਸੀ ਤੁਹਾਡੇ ਨਾਲ ਹੈ, ਹਾਲਾਂਕਿ ਪੈਸੇ ਪੱਖੋਂ ਜ਼ਰੂਰ ਥੋੜ੍ਹਾ ਜਿਹਾ ਸੋਚਣਾ ਪੈਂਦਾ ਸੀ ਕਿ ਇੰਨੀ ਮਹਿੰਗੀ ਅਸੀਂ ਚੀਜ਼ਾਂ ਨਹੀਂ ਲੈ ਸਕਦੇ ਸੀ, ਉਸ ਪਿੱਛੇ ਸੋਚਣਾ ਪਿਆ, ਲੇਕਿਨ ਉਹਨਾਂ ਨੇ ਮੈਨੂੰ ਮਤਲਬ ਸਾਥ ਜ਼ਰੂਰ ਦਿੱਤਾ ਉਹਨਾਂ ਨੇ ਮੇਰਾ। ਸੋ ਮੈਡਮ, ਨਿਸ਼ਾ ਗੁਲਾਟੀ ਵੀ ਸਾਡੇ ਨਾਲ ਨੇ, ਉਹਨਾਂ ਨੇ ਅੱਜ ਇਹਨਾਂ ਨੂੰ ਸਪੈਸ਼ਲ ਇੱਥੇ ਓਨਰ ਕੀਤਾ, ਉਹਨਾਂ ਨੂੰ ਵੀ ਜਾਣਦੇ ਆ ਵੀ ਉਹਨਾਂ ਦਾ ਕੀ ਕਹਿਣਾ। ਮੈਡਮ, ਸਪੈਸ਼ਲ ਤੁਸੀਂ ਇਹਨਾਂ ਨੂੰ ਇੱਥੇ ਬੁਲਾ ਕੇ ਓਨਰ ਕੀਤਾ, ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਲਾਈਨ ਗਲਤ ਹੈ, ਇਹ ਕਮਲ ਨੇ ਕਮਿਸ਼ਨ ਨੂੰ, ਅੱਜ ਪੰਜਾਬ ਸਟੇਟ ਵਿਮਨ ਕਮਿਸ਼ਨ ਨੂੰ ਓਨਰ ਕੀਤਾ, ਮੇਰੇ ਲਈ ਬਹੁਤ ਪ੍ਰਾਊਡ ਮੂਮੈਂਟ ਹੈ। ਇਹ ਬੱਚੀ ਨੇ ਮੈਨੂੰ ਬੈਚ ਦਿੱਤਾ ਹੈ 올림픽 ਦਾ, ਇਹ ਮਾਸਕ ਦਿੱਤਾ ਹੈ, ਇਹ ਹਮੇਸ਼ਾ ਇਹ ਅੱਜ ਮੇਰਾ ਡੇ ਬਣਾਤਾ, ਮੇਰੀ ਲਾਈਫ ਬਣਾਤੀ, ਮੇਰੀ ਕੋਈ ਬੇਟੀ ਨਹੀਂ ਹੈ ਪਰ ਅੱਜ ਮੈਂ ਸੋ ਹੈਪੀ। ਪਰ ਮੇਰਾ ਹੁਣ ਇੱਕ ਡ੍ਰੀਮ ਹੈ, ਇਹ ਜੋ ਡਿਜ਼ਰਵ ਕਰਦੀ ਹੈ ਸਰਕਾਰ ਇਹਨੂੰ ਪੰਜਾਬ ਪੁਲਿਸ 'ਚ, ਕਿ ਇਹਦਾ ਇੱਕ ਸਪਨਾ ਹੈ ਜੋ ਮੇਲ ਖਿਲਾੜੀਆਂ ਨੂੰ ਓਨਰ ਕਰਕੇ ਕੀਤਾ ਗਿਆ, ਅਤੇ ਉਹ ਬੱਚੀ ਦੇ ਦਿਲ 'ਚ ਹੈ ਕਿ ਜੋ ਹਮੇਸ਼ਾ ਤੋਂ ਚੱਲਦਾ ਆ ਰਿਹਾ, ਲੜਕੀਆਂ ਪਿੱਛੇ ਹੀ ਰਹਿ ਜਾਂਦੀਆਂ ਨੇ, ਅਤੇ ਸਰਕਾਰ ਬੰਦਾ ਹੱਕ ਇਹਨੂੰ ਦੇਵੇ, ਅਤੇ ਮੈਂ ਉਹਦੇ ਪਿੱਛੇ ਹੁਣ ਕੋਸ਼ਿਸ਼ ਕਰਾਂਗੀ, ਕਰਵਾ ਕੇ ਰਹਾਂਗੀ ਇਹਨੂੰ, ਕਿ ਇਹਦਾ ਬੰਦਾ ਹੱਕ ਇਹਨੂੰ ਮਿਲੇ ਜੋ ਇਹ ਡਿਜ਼ਰਵ ਕਰਦੀ ਹੈ। ਇਹ ਸੇਵਾ ਕਰਨਾ ਚਾਹੁੰਦੀ ਹੈ ਪੰਜਾਬ ਪੁਲਿਸ 'ਚ, ਪੰਜਾਬ ਦਾ ਪੁਲਿਸ 'ਚ ਭਰਤੀ ਹੋ ਕੇ ਵੀ ਇੱਕ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ, ਮੋਟੀਵੇਟ ਕਰਨਾ ਚਾਹੁੰਦੀ ਹੈ, ਅਤੇ ਉਮੀਦ ਹੈ ਕਿ ਸਰਕਾਰ ਇਸ ਬੱਚੀ ਦਾ ਡ੍ਰੀਮ ਪੂਰਾ ਕਰੇਗੀ, ਕਮਿਸ਼ਨ ਪੁਰਜ਼ੋਰ ਰਿਕਮੈਂਡੇਸ਼ਨ ਕਰੇਗੀ। ਸੋ ਮੇਰਾ ਆਖਰੀ ਸਵਾਲ ਹੈ ਵੀ ਤੁਹਾਨੂੰ, ਤੁਸੀਂ ਇੱਥੋਂ ਦਾ ਜਿਹੜਾ ਯੂਥ ਹੈ ਪੰਜਾਬ ਦਾ, ਇਹਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਸਰ, ਅਪੀਲ ਇਹੀ, ਆਪਣੇ ਸੁਪਨੇ ਅਤੇ ਆਪਣੇ ਹਾਰਡਵਰਕ 'ਤੇ ਇੱਕ ਏਮ ਲੈ ਕੇ ਚੱਲਣ, ਕਿਉਂਕਿ ਏਮ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ ਸਰ। ਕਿਸੇ ਦਾ ਏਮ ਨਹੀਂ ਹੈਗਾ ਤਾਂ ਮੈਂ ਸਮਝਦੀ ਉਹ ਜ਼ਿੰਦਗੀ ਅਧੂਰੀ ਹੈ, ਅਤੇ ਆਪਣੇ ਏਮ ਅਤੇ ਹਾਰਡਵਰਕ ਦਾ ਕੰਮ ਕਰਨ, ਜੋ ਪੰਜਾਬ ਨੂੰ ਕਿਹਾ ਜਾਂਦਾ ਕਿ ਇੱਥੋਂ ਦਾ ਯੂਥ ਨਸ਼ਿਆਂ ਵਿੱਚ ਜਾ ਰਿਹਾ ਹੈ, ਅਤੇ ਉਹ ਗਲਤ ਸਾਬਿਤ ਕਰਕੇ ਵਿਖਾਉਣ ਕਿ ਯੂਥ ਨਸ਼ਿਆਂ 'ਚ ਨਹੀਂ ਜਾ ਰਿਹਾ, ਯੂਥ ਬਹੁਤ ਉੱਪਰ ਜਾ ਰਿਹਾ ਹੈ। ਸੋ ਤੁਸੀਂ ਦੇਖ ਸਕਦੇ ਹੋ ਵੀ ਉਹਨਾਂ ਨੇ ਇਹ ਦੱਸਿਆ ਵੀ ਜਿਹੜਾ ਗੱਲ ਕਹੀ ਜਾਂਦੀ ਹੈ ਵੀ ਪੰਜਾਬ ਜਿਹੜਾ ਨਸ਼ਿਆਂ ਵੱਲ ਜਾ ਰਿਹਾ ਉਹ ਬਿਲਕੁਲ ਗਲਤ ਹੈ, ਅਤੇ ਆਪਣੇ ਜਿਹੜੇ ਖਿਡਾਰੀ ਨੇ ਇਹਨਾਂ ਨੂੰ ਪ੍ਰੈਕਟਿਸ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਕਾਮਯਾਬੀ ਮਿਲ ਸਕੇ। ਕੈਮਰਾਮੈਨ ਦਲਜੀਤ ਦੇ ਨਾਲ ਹਰਸ਼ਦੀਪ ਸਿੰਘ ਦੀ ਰਿਪੋਰਟ, 11 ਨਿਊਜ਼, ਮੋਹਾਲੀ।